ਬਾਬਰ ਸਾਹਿਬ ਅੱਜ ਮੱਥਾ ਰੰਗਰ ਪੁੰਜ ਤੇ ਬੈਠਾ, ਕੰਜਰੀਆਂ ਚਾਰੇ ਮੂੰਹ ਚ ਪਾਣ ਪਾਈ ਤੇ ਕਲੋਲਾ ਕਰਦਾ ਏ ਬਈ ਆ ਗਏ ਬਾਜਾਂ ਵਾਲੇ ਦੇ ਬਾਜ ਭਾਈ ਸੁੱਖਾ ਸਿੰਘ ਤੇ ਮਹਿਤਾਲ ਸਿੰਘ। ਬਈ ਸੁੱਖਾ ਸਿੰਘ ਨੇ ਮਹਿਤਾਲ ਸਿੰਘ ਨੂੰ ਮਾਰਿਆ ਇਸ਼ਾਰਾ, ਦੇਖਦਾ ਕੀ ਇਹ ਲੈਲਾ ਬਦਲਾ ਪੈ ਜਾ ਟੁੱਟ ਕੇ। ਬਈ ਮਹਿਤਾਲ ਸਿੰਘ ਨੇ ਉਹ ਕਹਿੰਦੇ ਨੇ ਮਿਆਨ ਚੋ ਖਿੱਚੀ ਸਰ ਕਰਦੀ ਤਲਵਾਰ ਤੇ ਮਾਰੀ ਦੁਸ਼ਮਣ ਪਾਪੀ ਦੁਸ਼ਟ ਬੁੱਚਰ ਦਰਿੰਦੇ ਦੀ ਧੌਣ ਤੇ ਕੀਤੀ ਦਾ ਫਲ ਇਹ ਭਗਤਾਤਾ।